ਮਾਲਕ ਨੇ ਸਾਨੂੰ ਮਟੀਰੀਅਲ ਦੇਣਾ ਜੀ, ਉਹਨੇ ਕੋਈ ਸਾਡੇ ਕੋਲ ਖਲੋ ਕੇ ਕੋਈ ਉੱਤੇ ਕੰਮ ਨਹੀਂ ਕਰਵਾਉਣਾ ਜੀ। ਇਹ ਤਾਂ ਸਾਡੀ ਹੈ ਵੀ ਅਸੀਂ ਕਾਰਾਗਰੀ ਮਾਲਕ ਨੂੰ ਵਿਖਾਵਾਂਗੇ, ਉਹ ਚਾਰ ਪਰਾ ਲੰਘਦੇ ਟੱਪਦੇ ਵੇਖਣਗੇ ਅਤੇ ਸਾਡੇ ਕੰਮ ਦੀ ਜਿਹੜੀ ਕੁਆਲਿਟੀ ਹੋਵੇਗੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਇੱਕ ਬੜੀ ਅਹਿਮ ਕਾਰਾਗਰੀ, ਕੋਠੀ ਨੇ ਕਹਾਂਗੇ ਕਾਰਾਗਰੀ ਕਹਾਂਗੇ। ਇੱਥੇ ਇਹ ਸਾਡੇ ਹਰਬੰਸ ਸਿੰਘ ਮਿਸਤਰੀ ਸਾਡੇ ਨਾਲ ਖੜ੍ਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਤੇ ਇੱਕ ਵਾਰ ਤੁਹਾਨੂੰ ਮੈਂ ਥੋੜ੍ਹਾ ਜਿਹਾ ਦਿਖਾ ਦਿੰਦਾ ਵੀ, ਚਲੋ ਹਰਬੰਸ ਜੀ ਇੱਧਰੋਂ ਲੱਗਦੇ ਹਾਂ। ਆਹ ਕੀ ਪੋਰਚਾ? ਇਹ ਪੋਰਚਾ ਜੀ, ਇਹ ਪੋਰਚਾ। ਅਤੇ ਇਹਨੂੰ ਦੋਨੋਂ ਗੇਟ ਚੱਲਣਗੇ, ਇੱਕ ਚੱਲੂਗਾ? ਦੋਵੇਂ ਗੇਟ ਜੀ, ਇਹ ਗੱਡੀ ਵਾਸਤੇ ਕਾਰ ਪੋਰਚਾ। ਓਕੇ ਓਕੇ, ਠੀਕ ਹੈ, ਇਹ ਕਾਰ ਪੋਰਚਾ ਜੀ। ਅੱਛਾ, ਉਹ ਮੇਨ ਆ ਗਿਆ ਹੈ ਨਾ, ਅੰਦਰ ਅੰਦਰ ਚੱਲਦੇ ਹਾਂ ਫਿਰ। ਸੋ ਤੁਸੀਂ ਜੁੜੇ ਰਹਿਣਾ ਜੀ, ਬੜੀ ਘੈਂਟ ਕੋਠੀ ਬਣ ਰਹੀ ਹੈ ਅਤੇ ਘੈਂਟ ਕਾਰੀਗਰ ਲੱਗੇ ਹੋਏ ਨੇ ਇੱਥੇ। ਅਤੇ ਬੜੇ ਹਰਬੰਸ, ਕਿੰਨਾ ਟਾਈਮ ਹੋ ਗਿਆ? ਪੰਜ ਮਹੀਨੇ ਹੋ ਗਏ ਜੀ। 5 ਮਹੀਨੇ ਹੋ ਗਏ ਲੱਗੇ ਨੂੰ, ਹਾਲੇ ਉੱਪਰਲਾ ਲੈਂਟਰ ਦੀ ਆ ਦੇਖ ਲਓ ਸਰੀ ਆ, ਅੱਜ ਜਿਹੜਾ ਤਾਂ ਜਾਲ ਬੰਨਿਆ ਜਾ ਰਿਹਾ ਅਤੇ ਅੰਦਰ ਦਿਖਾਉਣੇ। ਆ ਪੋਰਚਾ ਜੀ, ਮੇਨ ਐਂਟਰੀ ਆ ਗਈ, ਇੱਥੋਂ ਮੇਨ ਐਂਟਰੀ ਹੈ ਜੀ। ਇਹ ਸਾਡੇ ਬਾਈ ਕੇ ਬੀ ਆਈ ਪੱਠੇ ਵਾਲੇ ਜਗਦੀਸ਼ ਜੀ ਦੇ ਮਾਉਂਟੀ ਜੀ, ਉਹਨਾਂ ਦੀ ਇਹ ਕੋਠੀ ਪਿੰਡ ਪੀਰ ਬਖਸ਼ ਚੌਹਾਨ ਜਲਾਲਾਬਾਦ ਦੇ ਨਾਲ ਤਿਆਰ ਹੋ ਰਹੀ ਹੈ। ਇੱਧਰ ਦਿਖਾਉਣੇ ਜੀ ਤੁਹਾਨੂੰ, ਆਹ ਦੇਖ ਲਓ ਉੱਪਰਲਾ ਪੋਰਸ਼ਨ ਹਾਲੇ ਤਿਆਰ ਦਾ ਲੈਂਟਰ ਪੈਣਾ। ਅਤੇ ਬੜੇ ਵਧੀਆ ਢੰਗ ਦੇ ਨਾਲ ਵੀਰ ਨੇ ਤਿਆਰ ਕੀਤੀ ਹੈ, ਅਤੇ ਚਿਣਾਈ ਤੁਸੀਂ ਦੇਖ ਸਕਦੇ ਹੋ। ਐਂ ਲੱਗਦਾ ਵੀ ਮਸ਼ੀਨੀ ਇੱਟ ਹੋਊਗੀ, ਪਰ ਹੈ ਇਹਨਾਂ ਦੇ ਆਪਦੇ ਪੱਠੇ ਦੀ ਇੱਟ ਹੈ ਬਿਲਕੁਲ, ਜਿਹਨੂੰ ਆਪਾਂ ਦੇਸੀ ਇੱਟ ਕਹਿ ਸਕਦੇ ਹਾਂ। ਇਹ ਹਰਬੰਸ ਦੱਸੋ, ਇਹ ਕਿੰਨੇ ਦਿਨਾਂ ਤਿਆਰ ਹੋਇਆ ਆਹ ਵਾਲਾ ਇਕੱਲਾ ਪੋਰਚ? ਇਕੱਲੇ ਪੋਰਚ ਦੀ ਚਿਣਾਈ ਦੇ 20 ਦਿਨ ਲੱਗੇ ਨੇ ਬਣਾਉਣ ਤੇ। 20 ਦਿਨ ਲੱਗੇ, ਠੀਕ ਹੈ। ਤੇ ਕਿੰਨੇ ਮਿਸਤਰੀ ਲੱਗ ਰਹੇ ਹੋ? ਮੈਂ ਇੱਕ ਜਗ੍ਹਾ ਲਈ ਜੀ, ਸਿੰਗਲ ਲੱਗੇ, ਸਿੰਗਲ ਮੈਂ ਤਿਆਰ ਕੀਤਾ। ਸੋ ਇਹ ਵੀਰ ਠੇਕੇਦਾਰ ਦਾ ਇੱਕ ਹੋਰ ਵਾਧਾ ਵੀ ਇਹ ਕੰਮ ਜਿਹੜਾ ਆਪਣੇ ਹੱਥੀ ਕਰਦੇ ਆ, ਉਹ ਇਹ ਠੇਕੇਦਾਰ ਉਹ ਨਹੀਂ ਵੀ ਇਹ ਚਾਰ ਚਾਰ ਕੋਠੀਆਂ ਫੜ ਲਈਆਂ। ਸੋ ਇੱਦਾਂ ਹੀ ਨਾ ਹਰਬੰਸ ਜੀ ਕਿ ਚੱਲ ਰਹੀ ਨਾਲ ਇੱਕ ਅੱਧੀ ਨਹੀਂ, ਪਿੰਡ 'ਚ ਮੈਂ ਸੁਣਿਆ ਫੜੀ ਤੋਂ ਇੱਕ ਹੋਰ, ਉਹ ਫੜੀ ਉਹ ਨਾਲ ਹੋਰ ਮੁੰਡੇ ਕੰਮ ਕਰਦੇ ਨੇ, ਮੁੰਡੇ ਕੰਮ, ਠੀਕ ਹੈ। ਅਤੇ ਉਹ ਛੋਟਾ ਪੋਰਸ ਬਣਾਉਣਾ ਹੈ ਨਾ? ਛੋਟਾ ਜੀ। ਸੋ ਇਹ ਮੇਰਾ ਵਾਰ ਵਾਰ ਜਿਹੜਾ ਉਹ ਦਿਲ ਕਰ ਰਿਹਾ ਦਿਖਾਉਣ ਨੂੰ, ਬੜੀ ਮਿਹਨਤ ਨਾਲ ਵੀਰ ਨੇ ਤਿਆਰ ਕੀਤੀ ਹੈ, ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਹਾਂ। ਅਤੇ ਇੱਕ ਵਾਰ ਇਹ ਬਾਹਰਲਾ ਪਾਸਾ ਸੀਗਾ, ਆਹ ਉੱਪਰਲਾ ਆ ਗਿਆ ਜੀ ਇੱਧਰ ਜਿਹੜਾ ਲੈਂਟਰ ਪੈਣਾ ਹਾਲੇ। ਅਤੇ ਕੋਈ ਕਮੀ ਪੇਸ਼ੀ ਕਿਤੇ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਜੀ, ਇੱਥੋਂ ਐਂਟਰੀ ਹੋਣੀ ਹੈ। ਇੱਧਰੋਂ ਵੀ ਪੂਰੀ ਗੁਲਾਈ 'ਚ ਹੈ, ਇੱਧਰੋਂ ਵੀ ਗੁਲਾਈ 'ਚ ਹੈ। ਹੁਣ ਤੁਹਾਨੂੰ ਸਾਹਮਣਾ ਦਿਖਾਉਂਦਾ ਮੈਂ ਜਿਹੜਾ ਚੜ੍ਹਦੇ ਵਾਲਾ ਪਾਸਾ, ਆਹ ਚੀਜ਼ ਹੈ ਪੂਰੀ ਦਿਖਾਉਣਾ ਤੁਹਾਨੂੰ ਮੈਂ, ਆਹ ਚੀਜ਼ ਬਣ ਰਹੀ ਹੈ ਇਹ ਅੰਦਰਲਾ ਪਾਸਾ। ਸੋ ਸਫਾਈ ਜਿਹੜੀ ਬਾਹਰਲੇ ਪਾਸੇ ਦਿੱਤੀ ਹੋਈ ਹੈ। ਇਹ ਬਸ ਜੀ ਆ ਚੁਕਾਠਾਂ ਦਾ ਕਿਵੇਂ ਇੱਧਰ ਆਇਓ ਮਾੜਾ ਜਿਹਾ? ਕਾਠ ਜੀ ਇਹ ਹੋਰ ਤੋਂ ਤਿਆਰ ਹੋ ਗਿਆ ਜੀ। ਅੱਛਾ, ਇਹ ਪੂਰੀ ਹੈਵੀ 'ਚ ਹੈ? ਹੈਵੀ 'ਚ ਹੈ, ਇਹਦੇ ਆਹ ਡੱਬੀ ਅੰਦਰ ਕੱਢ ਕੇ ਕਬਜ਼ਾ ਲਾਇਆ ਹੋਇਆ। ਅੱਛਾ ਅੱਛਾ, ਹਾਂ ਹਾਂ, ਇਹਨੂੰ ਮਤਲਬ ਕਿਹੜਾ ਜੋੜ ਹੈਗਾ ਇੱਧਰ ਦੇਖੋ, ਜਿਹੜਾ ਆਮ ਚੁਕਾਠਾ ਬਣਾਉਂਦੇ ਉਹਦੇ 'ਚ ਜੋੜ ਦਿੱਤਾ ਹੈਗਾ, ਇਹ ਟਾਪਾ ਪੂਰਾ ਪਾਇਆ ਹੋਇਆ, ਨਾ ਇੱਧਰੋਂ ਜੋੜ ਦਿੱਤੇਗਾ ਨਾ ਇੱਧਰੋਂ, ਬਿਲਕੁਲ ਸਹੀ ਹੋਵੇਗੀ ਚੁਕਾਠ, ਰੰਗ ਰੁੰਗ ਬਿਲਕੁਲ ਓਕੇ ਹੈ। ਦੂਜਾ ਨੰਬਰ ਇਹਦੇ 'ਚ ਇਹ ਹੈਗਾ, ਹੋਰ ਤੁਹਾਨੂੰ ਦਿਖਾਉਣੇ ਆ ਬਾਅਦ ਵਿੱਚ, ਲੱਕੜ ਵਾਲੇ ਮਿਸਤਰੀ ਨੂੰ ਮੋਹਰਾ ਕੱਢਣਾ ਪੈਂਦਾ ਕਹਿੰਦਾ, ਆਹ ਵਾਧਾ ਜਿੱਥੇ ਇੱਥੇ ਲੋਕ ਲੱਗਣਾ ਆਹ ਚੀਜ਼ ਦਾ। ਅੱਛਾ, ਪਹਿਲਾਂ ਬਣਾਇਆ ਵਿੱਚ ਸਾਰਾ ਸਿਸਟਮ ਹੈ, ਇਹਦੀ 50 ਸਾਲ ਦੀ ਗਰੰਟੀ ਦਿੰਦੇ ਨੇ ਜੰਗਾਲ ਦੀ, ਜੰਗਾਲ ਹੋਰ ਤੋਂ ਬਣ ਕੇ ਆਈ ਹੈ। ਜੰਗਾਲ ਲੱਗਣ ਦੀ ਗਰੰਟੀ ਕਿ ਜੰਗਾਲ ਲੱਗੇਗਾ? ਨਹੀਂ, ਜੰਗਾਲ ਲੱਗੇਗਾ ਨਹੀਂ। ਅੱਛਾ, ਜੰਗਾਲ ਲੱਗਣ ਦੀ, ਠੀਕ ਹੈ। ਸੋ ਅਸੀਂ ਆਸਾ ਠੱਠਾ ਵਿੱਚ ਕਰਨਾ ਹੈਗਾ, ਸਾਡਾ ਬੜਾ ਪਰਮ ਮਿੱਤਰ ਹੈ। ਆਹ ਅੰਦਰ ਇੱਧਰ ਦਿਖਾਉਂਦੇ ਪਹਿਲਾਂ, ਆਹ ਪੌੜੀ ਪੁਲਿਸ ਪੌੜੀ ਦਿਖਾਓ ਪਹਿਲਾਂ, ਫਿਰ ਅੰਦਰ ਥੱਲੇ ਦਿਖਾਉਣੇ ਸਾਰਾ। ਲਓ ਜੀ ਆਹ ਪੌੜੀ ਤਿਆਰ ਹੋ ਰਹੀ ਹੈ, ਲਫਾਫੇ ਪਰੇ ਸੱਟ ਦੇ, ਇਹਨੂੰ ਸਿੱਟ ਦੇ ਪਰੇ। ਇੱਕ ਮਹੀਨਾ ਕੁਛ ਦਿਨ ਉੱਪਰ, ਮਤਲਬ ਕਿ 1.5 ਮਹੀਨਾ ਲੱਗ ਗਿਆ ਪੌੜੀ ਬਣਾਉਣ, ਥੱਲੇ ਉੱਪਰ ਨਹੀਂ ਜਾਣਾ, ਥੱਲੇ ਵਿਖਾਉਣਾ, ਉੱਪਰ ਬਾਅਦ ਚਲਦੇ। ਨਹੀਂ ਨਹੀਂ ਉਹ ਚੱਲਦੇ ਆ ਫਿਰ, ਕੋਈ ਨਾ। ਲਓ ਜੀ ਪੌੜੀ ਬਣ ਰਹੀ ਹੈ, ਥੋੜ੍ਹਾ ਤੁਹਾਨੂੰ ਚੱਲਦਾ ਚੱਲਦਾ ਦਿਖਾ ਰਿਹਾ, ਉਹ ਤੋਂ ਬਾਅਦ ਤੁਹਾਨੂੰ ਬਾਕੀ ਦਿਖਾਵਾਂਗੇ ਸਾਰਾ। ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਸੋ ਜਿਹੜਾ ਹਲਵਾਈ ਹੁੰਦਾ ਨਾ ਜੀ, ਜੇ ਹਲਵਾਈ ਮਾੜਾ ਹੋਵੇ ਤਾਂ ਸਾਰੇ ਵਿਆਹ ਦਾ ਸੱਤਿਆਨਾਸ਼ ਫੇਰ ਹੁੰਦਾ, ਭਾਵੇਂ ਉਹਨੂੰ ਕਾਜੂ ਕਤਲੀ ਜੋ ਮਰਜ਼ੀ ਵਿੱਚ ਪਾਈ ਜੋ, ਪਰ ਢੰਗ ਨਾਲ ਬਣਦੀ ਹੈ, ਦਿਮਾਗ ਨਾਲ ਬਣਦੀ ਹੈ। ਅਤੇ ਇਹ ਸੀਗੀ ਪੌੜੀ ਜੀ। ਆਹ ਕੀ ਹੈ ਇੱਧਰ? ਆਓ ਡਰਾਇੰਗ ਰੂਮ ਹੈ, ਇਹ ਕਿਚਨ ਹੈ ਜੀ।
ਵਾਹ ਜੀ ਵਾਹ, ਕਿਚਨ ਕਿੰਡੀ ਲਓ ਜੀ, ਕਿਚਨ ਕਿੰਨੇ ਬਾਈ ਕਿੰਨੇ ਦੀ ਹੈ? ਕਿਚਨ ਬਹੁਤ ਵੇਖੀ, ਪਹਿਲੀ ਵਾਰੀ ਸੁਣੀ ਵੀ 24x14 ਦੀ ਕਿਚਨ ਹੈ ਜੀ। ਜੀ 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 ਹਾਂ ਦੱਸਿਓ ਕਿੱਥੇ ਜੀ? ਚਕਾਟ ਆਏਗੀ। ਓਕੇ ਠੀਕ ਹੈ ਜੀ, ਆਹ ਦੁਆਰ ਤੇ ਕੀ ਹੈ ਜੀ, ਇਹ ਹੋ ਗਿਆ ਆਪਣੇ ਕਿਚਨ ਦਾ ਸਟੋਰ। ਓਕੇ ਜੋ ਆਟਾ ਵਗੈਰਾ ਜੋ ਚੀਜ਼ ਇੱਥੇ ਰੱਖਾਂਗੇ ਜੀ ਜੀ, ਕਿਉਂਕਿ ਨੱਖੇ ਵਿੱਚ ਨਹੀਂ ਹੈਗੀ ਸੀ, ਮੈਂ ਆਪਦੇ ਦਿਮਾਗ ਨਾਲ ਇਹ ਚੀਜ਼ ਬਣਾਈ। ਓਕੇ 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 ਠੀਕ ਹੈ ਜੀ, ਠੀਕ ਹੈ। ਤਕਰੀਬਨ ਇਹਨੇ ਜਿਹੜਾ ਹੈ ਕੋਠੀ ਵਿੱਚ ਮੈਂ ਆਪਦਾ ਦਿਮਾਗ ਲਾਇਆ, ਆਪ ਨਕਸ਼ਾ ਤਿਆਰ ਕੀਤਾ, ਕੋਈ ਬਾਹਰੋਂ ਨਕਸ਼ਾ ਨਹੀਂ ਆਇਆ ਗਾ ਜੀ ਜੀ, ਆਪਦਾ ਦਿਮਾਗ ਨਾਲ ਇਹ ਚੀਜ਼ ਬਣਾ ਰਿਹਾ। ਸੋ ਇਹ ਜਿਹੜੀ ਕਿਚਨ ਹੈ ਜੀ 14x24 ਦੀ ਹੈ। ਮੈਨੂੰ ਹੈਰਾਨੀ ਜੀ ਹੋ ਰਹੀ ਹੈ, ਇਹ ਹੁਣ ਵਿੱਚ ਡਾਇਨਿੰਗ ਟੇਬਲ ਹੀ ਨਗਾ ਦੇ ਵਿੱਚ ਹੀ ਸੈੱਟ ਹੋਣਾ ਕਿਉਂਕਿ ਇੱਥੇ ਆਰਚ ਕਰਨ ਦੀ ਗਲਾਈ ਹੈ, ਇਹਦੇ ਵਿੱਚ ਮੈਂ ਬਾਅਦ 'ਚ ਨਾ ਇੱਕ ਸ਼ੇਪ ਦੇਣੀ ਆਰਚ ਦੀ। ਓਕੇ ਓਕੇ, ਉਹਦੇ ਵਿੱਚ ਲਾਈਟਾਂ ਲਾਉਣ ਲੱਗਣਗੀਆਂ, ਰੱਸੇ ਵਾਲੀ ਲਾਈਟ ਆਉਂਦੀ ਨਾ ਅੱਜ ਕੱਲ੍ਹ, ਇਹ ਸਾਰਾ ਮੈਂ ਆਪ ਤਿਆਰ ਕਰਨਾ ਸਾਰੀ ਇਹਦੀ। ਠੀਕ ਹੈ, ਕਿਉਂਕਿ ਬਿਜਲੀ ਦਾ ਕੰਮ ਵੀ ਅਸੀਂ ਆਪ ਕਰਦੇ ਹਾਂ। ਸੋ ਇਹ ਐਡਵਾਂਸ ਪੜਿਆ ਨਹੀਂ ਤੂੰ ਹਨਾ? ਨਾ ਨਾ ਅਨਪੜ੍ਹ। ਵੇਖੋ ਜੀ ਅਨਪੜ੍ਹ ਬੰਦਾ ਹੈ ਬਿਲਕੁਲ, ਵੇਖ ਲਓ ਤੁਸੀਂ, ਅਤੇ ਕੋਠੀ ਤਿਆਰ ਕੀਤੀ ਹੈ। ਤੇ ਇੱਕ ਮਿੰਟ ਅਰਵੰਸ, ਜਦੋਂ ਆਪਾਂ ਪਹਿਲਾਂ ਕੰਮ ਸ਼ੁਰੂ ਕਰਦੇ ਲੋਕ ਤੁਹਾਨੂੰ ਬੜੇ ਮਿਹਣੇ ਮਾਰਦੇ ਸੀ ਚੋਹਾਣਾ 'ਚ, ਤਕਰੀਬਨ ਬੰਦੇ ਨੇ ਪਹਿਲਾਂ ਜਿਨ੍ਹਾਂ ਨੇ ਮੇਰੇ ਪੈਸੇ ਖਾਧੇ ਸੀਗੇ, ਮੈਂ ਕੰਮ ਕੀਤਾ ਸੀ, ਉਹਨਾਂ ਨੇ ਮੈਨੂੰ ਮਿਹਣੇ ਮਾਰੇ ਸੀ ਬੜੇ, ਇਹਦੇ ਕੋਲ ਕੰਮ ਨਾ ਕਰਾਓ, ਕਿਉਂਕਿ ਹੁਣ ਮੈਂ ਇਹ ਨਾ ਇੱਕ ਮਿਸਾਲ ਪੈਦਾ ਕੀਤੀ ਹੈ ਵੀ ਮੈਂ ਕੰਮ ਕਰਕੇ ਵਿਖਾਉਣਾ, ਤੇ ਵਾਕਿਆ ਉਹ ਪੁਰਾਣੇ ਬੰਦੇ ਹੀ ਫਿਰ ਮੇਰੇ ਕੋਲ ਦੁਬਾਰਾ ਕੰਮ ਪਰਵਾਏ ਨੇ। ਠੀਕ ਹੈ ਠੀਕ ਹੈ। ਸੋ ਵੇਖੋ ਇਹ ਜਦੋਂ ਬੰਦੇ ਦੇ ਜਜ਼ਬਾਤ ਅਤੇ ਜਜ਼ਬਾ ਹੋਵੇ ਕੰਮ ਕਰਨ ਦਾ, ਤਾਂ ਫਿਰ ਦਿਮਾਗ ਵੀ ਕੰਮ ਕਰਦਾ। ਆਹ ਸਾਹਮਣੇ ਕੀ ਹੈ? ਇਹ ਬੈਡਰੂਮ ਹੈ ਜੀ। ਅੱਛਾ, ਇੱਧਰ ਇੱਕ ਬੈਡਰੂਮ ਇਹ ਹੋ ਗਿਆ, ਅੱਗੇ ਸੋ ਹਾਲੇ ਤਿਆਰ ਹੋ ਰਹੀ, ਜਦੋਂ ਤਿਆਰ ਹੋਈ ਤਾਂ ਇੱਕ ਵੀਡੀਓ ਆਪਾਂ ਹੋਰ ਪਾਵਾਂਗੇ। ਇਹ ਕਿੰਨੇ ਬਾਏ ਕਿੰਨੇ ਦਾ ਰੂਮ ਹੈ? ਇਹ ਹੈਗਾ ਜੀ ਆਪਣੇ 12x20 ਦਾ ਰੂਮ ਹੈ, ਇਹਦੇ ਵਿੱਚ ਆਪਣੇ ਬੰਨਾ ਡਰੈਸਿੰਗ ਵਗੈਰਾ ਸਾਰਾ ਕੁਝ ਵਿੱਚ ਆਇਆ। ਓਕੇ 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 ਓਕੇ, ਆਹ ਹਨੇਰਾ, ਇਹ ਬਾਥਰੂਮ ਹੈ, ਕੋਈ ਨਹੀਂ ਹਨੇਰੇ 'ਚ, ਕੋਈ ਚੱਕਰ ਨਹੀਂ। ਆਹ ਪਿੱਛੇ ਕੀ ਰਹਿ ਗਿਆ? ਵੈਂਟੀਲੇਸ਼ਨ। ਅੱਛਾ ਅੱਛਾ, ਓਕੇ ਓਕੇ, ਆਹ ਦੋ ਜਗ੍ਹਾ ਲੱਗੇ ਨੇ, ਇਹਨੂੰ ਕ੍ਰੋਸਿੰਗ ਪੂਰੀ ਹੋਵੇਗੀ, ਉਸ ਕਮਰੇ ਨੂੰ ਵੀ ਕ੍ਰੋਸਿੰਗ। ਸੋ ਪੂਰਾ ਹਵਾਦਾਰ ਵੀ ਦਰਸ਼ਕੋ ਤੁਸੀਂ ਦੇਖ ਸਕਦੇ ਹੋ। ਇੱਧਰ ਥੋੜ੍ਹਾ ਹਨੇਰਾ ਅੰਦਰ, ਇਹ ਵਾਸ਼ਰੂਮ ਹੈ? ਇਹਦੀ ਵਾਸ਼ਰੂਮ ਅੱਗੇ, ਇਹ ਹੈਗਾ ਚੇਂਜਿੰਗ ਰੂਮ। ਅੱਛਾ ਅੱਛਾ, ਓਕੇ ਓਕੇ, ਚੇਂਜਿੰਗ ਰੂਮ ਆ ਗਿਆ ਜੀ, ਅਤੇ ਆਹ ਵਾਲਾ? ਇਹ ਵੀ ਚੇਂਜਿੰਗ। ਠੀਕ ਹੈ, ਸੋ ਇਹ ਬੈਡਰੂਮ ਫਿਰ ਆ ਗਿਆ। ਠੀਕ ਹੈ, ਇਹ ਬੈਡਰੂਮ ਆ ਗਿਆ। ਸੋ ਤੁਹਾਨੂੰ ਬਾਅਦ 'ਚ ਜਦੋਂ ਤਿਆਰ ਹੋ ਗਈ ਪੂਰੇ ਅੰਦਰ ਸਾਰਾ ਇੰਟੀਰੀਅਰ ਵਗੈਰਾ ਲੱਗ ਗਿਆ, ਫਿਰ ਦਿਖਾਵਾਂਗੇ। ਅੱਛਾ, ਇਹ ਬਾਥਰੂਮ ਹੈ, ਓਕੇ, ਦੋ ਬਾਥਰੂਮ ਹੋ ਗਏ ਵਿੱਚ, ਹੈ ਨਾ। ਸੋ ਲੋਬੀ ਦੇਖੋ ਕਿੰਨੀ ਘੈਂਟ ਅਤੇ ਕਿੰਨੀ ਵੱਡੀ ਬਣੀ ਹੈ, ਪੌੜੀ ਡਬਲ ਪੌੜੀ ਜਿਹੜੀ ਹੈ, ਲੋਬੀ ਬਾਈ 50x20 ਫੁੱਟ ਲੋਬੀ ਹੈ ਜੀ, 50x20 ਦੀ ਹੋ ਗਈ ਲਗਭਗ। ਠੀਕ ਹੈ, ਇਹ ਲੈਂਟਰ ਫੱਟੀਆਂ ਵਾਲਾ ਪਾਇਆ, ਇਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਲੈਂਟਰ ਇਹਨੂੰ ਜੀ, ਇਹ ਜ਼ਿਆਦਾ ਮਤਲਬ ਜੋ ਕਵਾਇਆ ਹੁੰਦਾ ਜੀ, ਇਹਦੀ ਲੈਂਟਰ ਦੀ ਮਤਲਬ ਚਲੋ ਚੱਕ ਰੱਖੀ ਜਾਂਦੀ ਕਿ ਉਹਦੀ ਕੱਲ੍ਹ ਤੇੜ ਨਹੀਂ ਆ ਰਹੀ ਹੈਗੀ, ਜੋ ਆਪਾਂ ਦੂਜੀ ਸ਼ਟਰਿੰਗ ਕਰਦੇ ਹਾਂ ਪੱਕੀ ਵਗੈਰਾ ਉਹਦੀ, ਜਦੋਂ ਵੀ ਜਿਵੇਂ ਗਾਰਡਨ ਡੀਂਗਾ ਹੁੰਦਾ ਜੀ, ਜਿਸ ਤਰ੍ਹਾਂ ਜੁੜ ਗਿਆ ਉਹ ਕੱਲ੍ਹ ਲੈਂਟਰ ਉਸ ਤਰ੍ਹਾਂ ਨਿਕਲਣਾ। ਇਹਦੀ ਅਸੀਂ ਤਿਆਰੀ ਇਸ ਤਰ੍ਹਾਂ ਕਰਨੇ ਵੀ ਚਲੋ ਡਾਟ ਸਾਹਿਬ 'ਤੇ ਇਹਨੂੰ ਇੱਕ 2 ਇੰਚ ਚੱਕ ਦਿੱਤੀ ਜਾਵੇ ਜੀ ਜੀ, ਵੀ ਕੱਲ੍ਹ ਨੂੰ ਲੈਂਟਰ ਜੋ ਵੀ ਆਦੇ ਇਹਦੇ ਉਹ POP ਵਗੈਰਾ ਵਧੀਆ ਖੜੂਗੀ, ਹੈ ਨਾ, POP ਵਧੀਆ ਖੜੂਗੀ, ਉਹ ਉਹ ਪਲੇਨ ਹੋ ਜਾਂਦਾ ਨਾ। ਹਾਂ, ਜਾਲੀ ਲਾਉਣ ਦੀ ਲੋੜ ਨਹੀਂ, ਜਿਹੜਾ ਅੱਛਾ ਆਪਣੇ ਕੀ ਉਹਨੂੰ ਕਹਿੰਦੇ ਆ, ਜਿਹੜੀ ਆਪਣੀ ਫਾਈਬਰ ਵਾਲਾ, ਫਾਈਬਰ ਵਾਲਾ ਉਹ ਨਹੀਂ ਕਰਦਾ ਜੀ, ਕੋਈ ਦੇ ਜਾਂ ਫਿਰ ਉਹਨੂੰ ਟੱਕ ਲਾਉਣੇ ਪੈਣਗੇ, ਹੈ ਨਾ, ਉਹ ਚੱਲਦਾ ਜੀ ਛੋਟੇ ਮੋਟੇ ਪੋਰਸ਼ਨ 'ਤੇ ਚੱਲਦਾ ਹੈ। ਠੀਕ ਹੈ, ਐਡੀ ਲੋਬੀ 'ਤੇ ਉਹ ਚੀਜ਼ ਨਹੀਂ ਚੱਲਦੀ, ਨਹੀਂ ਚੱਲਦੀ। ਸੋ ਦਰਸ਼ਕੋ ਹਮੇਸ਼ਾ ਯਾਦ ਰੱਖਣਾ ਵੀ ਫੱਟੀਆਂ ਵਾਲੀ ਤੁਸੀਂ ਸ਼ਟਰਿੰਗ ਕਰਾਉਣੀ ਹੈ, ਮਿਸਤਰੀ ਤਾਂ ਕਹੂਗਾ ਕਿਉਂਕਿ ਉਹ ਇਹਦਾ ਜੱਬ ਖਾਨਾ ਬਹੁਤ ਹੁੰਦਾ। ਆਹ ਵੀ ਰੂਮ ਹੈ ਜੀ, ਅੱਛਾ ਇਹਨੂੰ ਅਟੈਚ ਕਰਤਾ ਇਧਰੋਂ, ਹੈ ਨਾ, ਇਹਨੂੰ ਬਾਅਦ ਨੂੰ ਅਟੈਚ ਕਰਤਾ। ਆਹ ਇਹਨੂੰ ਵੇਖੋ ਜੀ, ਆਹ ਬਾਹਰਲਾ ਪੋਰਚ ਜਿਹੜਾ ਕਾਰਾ ਪੋਰਚ ਹੈਗਾ ਜੀ, ਉਹਦੇ ਨਾਲ ਹੀ ਜੰਗਲਾ ਦੇਤਾ, ਇੱਕ ਬਾਅਦ ਨੂੰ ਬਾਹਰ। ਅੱਛਾ ਅੱਛਾ, ਠੀਕ, ਓਕੇ ਓਕੇ, ਆਹ ਬਾਹਰਲਾ ਪੋਰਚ ਆ ਗਿਆ ਜੀ। ਹਾਂ, ਇਹ ਕਾਰ ਪੋਰਚ ਦਾ ਜਿਹੜਾ ਤੁਸੀਂ ਪਹਿਲਾਂ ਸ਼ੁਰੂ ਤੋਂ ਫਰੰਟ ਵੇਖਿਆ, ਇਹ ਬੈਕ ਸਾਈਡ, ਇਹ ਬੈਕ ਸਾਈਡ ਆ ਗਈ ਜੀ। ਠੀਕ ਹੈ ਠੀਕ ਹੈ, ਅਤੇ ਉੱਪਰ ਚੱਲੀਏ ਹੁਣ, ਲਓ ਜੀ ਉੱਪਰ ਚੱਲਦੇ ਹਾਂ, ਤੁਸੀਂ ਜੁੜੇ ਰਹੋ ਆਪਣੇ ਵੀਡੀਓ ਦੇ ਨਾਲ। ਅਤੇ ਮੈਂ ਕਾਫੀ ਦਿਨਾਂ ਦਾ ਮੈਂ ਪੋਰਸ਼ਨ ਇੱਥੋਂ ਲੰਘਦਾ ਸੀਗਾ, ਰਿਸ਼ਤੇਦਾਰੀ ਵੀ ਚਲੋ, ਅਤੇ ਮੈਂ ਕਹਿੰਦਾ ਸੀ ਵੀ ਵਿਖਾਉਣਾ, ਇਹ ਵੀ ਕਹਿੰਦਾ ਸੀ ਜਰ ਦਿਖਾਈਏ, ਟਾਈਮ ਨਹੀਂ ਲੱਗ ਰਿਹਾ ਸੀ। ਅਤੇ ਅੱਜ ਆਹ ਦੇਖ ਲਓ ਪੌੜੀ, ਮੈਂ ਆਇਆ ਅਤੇ ਮੈਂ ਚਲੋ ਅੱਜ ਦਿਖਾਉਣੇ ਆ ਪੋਰਸ਼ਨ ਸਾਰਾ। ਸੋ ਇਹ ਬਾਈ ਜਗਦੀਸ਼ ਅਤੇ ਮੌਂਟੀ KBI ਪੱਠੇ ਦੇ ਪੰਪ ਵਾਲੇ, ਉਹਨਾਂ ਦਾ ਪੋਰਸ਼ਨ ਬਣ ਰਿਹਾ। ਸੋ ਪੌੜੀਆਂ ਦੀ ਜਿਹੜੀ ਹੈ ਉਹ ਚੜ੍ਹਨ ਲੱਗਿਆ ਪਤਾ ਨਹੀਂ ਲੱਗ ਰਿਹਾ, ਇੰਨੇ ਵਧੀਆ ਪੌੜੀ ਜਿਹੜੀ ਚੜ੍ਹਾਈ ਗਈ ਹੈ। ਇੱਥੇ ਗ੍ਰਿਲ ਲੱਗੂਗੀ ਸਾਰੀ, ਹੈ ਨਾ, ਆਹ ਦੇਖ ਲਓ ਜੀ, ਆਹ ਥੱਲਾ ਹੁਣ ਉੱਪਰ ਅਸੀਂ ਖੜ੍ਹੇ ਹਾਂ, ਇਹ ਚੀਜ਼ ਤੁਹਾਨੂੰ ਦਿਖਾ ਰਹੇ ਹਾਂ।
ਇਧਰੋਂ ਵੀ ਉੱਪਰ ਪੂਰਾ ਉਹ ਚੀਜ਼ ਹੈ ਦੇਖਣ ਨੂੰ। ਆਹ ਪੌੜੀ ਹੈ ਜੀ, ਡਬਲ ਪੌੜੀ, ਦੋਵਾਂ ਸਾਈਡਾਂ ਪਰ ਚੜ ਰਹੀ ਹੈ। ਸੋ ਮਤਲਬ ਹਵਾਦਾਰ ਹੈ ਪੂਰਾ ਮਕਾਨ, ਉੱਪਰ ਵੀ ਕੋਈ ਘੁੱਟਣ ਨਹੀਂ ਮਹਿਸੂਸ ਹੋ ਰਹੀ। ਇਹ ਪਿੱਛੋਂ ਫਿਰ ਇਹਨੂੰ ਇੱਥੇ ਆਪਣੇ ਜਾਲ ਵਗੈਰਾ ਲਗਾਓਗੇ? ਠੀਕ ਠੀਕ ਹੈ। ਉੱਪਰ ਵੀ ਸਟੋਰ ਇੱਕ ਬੜਾ ਵੱਡਾ ਬਣ ਰਿਹਾ। ਇਹ ਦੂਜਾ ਰਬੰਸ ਸਾਰਾ ਕਿੰਨੇ ਬਾਏ ਕਿੰਨੇ ਦਾ ਮਕਾਨ? ਦਸ ਹਜ਼ਾਰ ਸਕੇਅਰ ਫੁੱਟ ਬਣ ਰਿਹਾ ਜੀ। ਇੱਧਰ ਆਪਣੇ ਇਹ ਰੂਮ ਨੇ, ਬੈਡਰੂਮ ਆ ਗਿਆ, ਇਹ ਵੀ ਬੈਡਰੂਮ ਆ ਗਿਆ ਉੱਪਰ ਜੀ, ਅਤੇ ਪੂਰਾ ਖੁੱਲ੍ਹਾ ਜੀ। ਆਹ ਆਹ ਬੈਕ ਸਾਈਡ ਆ ਗਈ ਜੀ ਇਹਦੀ, ਜਿਹੜੀਆਂ ਤੁਹਾਨੂੰ ਅੱਗੋਂ ਲਾਈਆਂ ਦਿਖਾਈਆਂ ਸੀ ਆ। ਦੇ ਵਿੱਚ ਖੜਨ ਨੂੰ ਜਗ੍ਹਾ ਮੈਂ ਬਣਾਈ ਹੈ ਵੀ, ਕਿਉਂਕਿ ਕੱਲ੍ਹ ਨੂੰ ਅੱਗੇ ਪਾਵੇ ਲੱਗ ਜਾਣਗੇ ਅਤੇ ਸਾਰੀ ਰਿਪੋ ਖੜਨ ਨੂੰ ਜਗ੍ਹਾ ਬਣੇਗੀ। ਮੰਨ ਲਓ ਇੱਥੇ ਆਪਾਂ ਖੜ ਕੇ ਆਪਣੇ ਖੇਤ ਵੀ ਦੇਖ ਸਕਦੇ ਹਾਂ ਸਾਰਾ ਕੁਝ। ਆਹ ਸਾਹਮਣੇ ਦੇਖ ਲਓ ਖੇਤ ਦਿਸ ਰਿਹਾ ਇੱਧਰੋਂ। ਉਹ ਗੁਲਾਈਆਂ ਬਹੁਤ ਵੀਰ ਨੇ ਵਧੀਆ ਬਣਾਈਆਂ, ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ। ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਆਹ ਚੀਜ਼ ਉੱਪਰ ਬਣ ਰਹੀ ਹੈ ਜੀ, ਝੌਂਪੜੀ ਟੈਪ ਜਿਹੇ ਨੇ, ਆਹ ਚੀਜ਼ ਬਣ ਰਹੀ ਹੈ। ਫਿਰ ਬਸ ਜਿਹੜੀ ਆਹ ਗੁਲਾਈ ਤੇ ਫਿਰ ਪਾਈਪ ਲਾਈ ਇੱਥੇ ਕਿੰਨੇ ਇੰਚੀ ਲਾਈ ਹੈ? ਕਿਹੜੀ ਜੀ? ਜਿਹੜੀ ਆਹ ਵਾਲਾ ਅੱਗੇ ਬਣਿਆ ਇਹ ਨਹੀਂ ਜੀ, ਇਹ ਹੱਥ ਨਾਲ ਤਿਆਰ ਕੀਤੀ ਜੀ, ਮਸਾਲੇ ਨਾਲ ਮੋਲਡਿੰਗ। ਅੱਛਾ, ਮੋਲਡਿੰਗ ਮਸਾਲੇ ਨਾਲ, ਹੱਥ ਨਾਲ ਮੈਂ ਆਪ ਤਿਆਰ ਕੀਤੀ। ਓਕੇ ਇਹ ਫਿਰ ਮੈਂ ਮੰਨ ਲਓ ਦੇਸੀ ਜਗਾੜ ਲਾਇਆ, ਦੇਸੀ ਜਗਾੜ ਦੇਸੀ ਪਰ ਅਲੱਗ ਵਧੀਆ ਰਿਹਾ। ਉੱਪਰ ਹਾਲੇ ਤਿਆਰ ਹੋ ਰਿਹਾ, ਹਾਲੇ ਲੈਂਟਰ ਪੈਣਾ। ਆਹ ਸਾਡਾ ਘੈਂਟ ਮਿਸਤਰੀ ਨਾਲ ਲੱਗਿਆ, ਕੱਡੀ ਵਾਲੀ ਪੂਰੀ ਵੱਟ ਸਿਰਾ ਲਾ ਦਿਓ ਇੱਕ ਵਾਰੀ। ਹਾਂ, ਅਤੇ ਇਹ ਆਪਣੇ ਦੇਸ਼ ਵਿਦੇਸ਼ਾਂ 'ਚ ਵੀਡੀਓ ਚੱਲਣੀ ਹੈ। ਹਨੂਮਾਨ ਦਾ ਲੱਗਿਆ ਨੀ ਇੱਥੇ? ਥੋੜਾ ਜਿਹਾ ਕੋਠੀ ਤੁਹਾਨੂੰ ਦਿਖਾ ਰਿਹਾ ਸਾਰੀ, ਔਰ 10,000 ਸਕੇਅਰ ਫੁੱਟ ਦੇ ਏਰੀਏ 'ਚ ਬਣ ਰਹੀ ਹੈ। ਸੋ ਕਾਰਾਗਰੀ ਦਿਖਾਈ ਹੈ ਤੁਹਾਨੂੰ ਅੱਜ ਵੀਰ ਦੀ, ਅਤੇ ਵਧੀਆ ਲੱਗ ਰਿਹਾ ਵੇਖਣ ਨੂੰ। ਆਹ ਕੀ ਹੋਈ ਨਹੀਂ ਥੱਲੇ ਫੈਬਰ ਕੋਈ ਨਹੀਂ, ਛੱਤ ਹੈਗੀ ਥੱਲੇ? ਲੈ ਜੀ ਆਪ ਆਹ ਬਾਹਰਲਾ ਬੱਸ ਆ ਗਿਆ ਜੀ, ਇਹਦੇ ਉੱਪਰ ਵਾਲੀ 15 ਫੁੱਟ ਹੋਰ ਜਾਣਾ ਸੀ। ਅੱਛਾ, ਦੀਵਾਰ ਚੱਕੀ 15 ਫੁੱਟ ਉੱਪਰ ਜਾ ਕੇ ਤੇ ਫਿਰ ਇੱਕ ਹੱਟ ਤਿਆਰ ਕਰਨਾ ਹੈ। ਅੱਛਾ, 15 ਫੁੱਟ ਜਾ ਕੇ ਉੱਪਰ ਫਿਰ ਹੱਟ ਬਣਨੀ ਹੈ? ਇੱਥੋਂ ਮੋਲਡਿੰਗ ਤੋਂ 15 ਫੁੱਟ ਹਾਲੇ ਆਪਾਂ ਕਹਿ ਸਕਦੇ ਹਾਂ ਵੀ ਇਹ ਲਗਭਗ 70% ਹੈ, 30% ਬਣਨਾ ਹੈ। ਹਾਲੇ ਸਾਡੇ 2 ਮਹੀਨੇ ਲੱਗਣਗੇ ਹੁਣ ਪੂਰਾ ਬਣਾਉਣ, ਅਤੇ ਉਸ ਤੋਂ ਬਾਅਦ ਫਿਰ ਪਲਸਤਰ ਦੀ ਤਿਆਰੀ। ਤਕਰੀਬਨ 1.5 ਸਾਲ ਦਾ ਪ੍ਰੋਜੈਕਟ ਹੈਗਾ ਨਾ। ਸੋ ਇਹ ਅੱਗੇ ਪੋਰਚ ਦੇ ਉੱਪਰੋਂ ਦਿਖਾਉਣਾ ਤੁਹਾਨੂੰ, ਜਿਹੜੀ ਮੋਲਡਿੰਗ ਨੇ ਕਰੀ ਹੈ ਬਾਈ ਨੇ ਉਹ ਵੀ ਦਿਖਾਉਣਾ ਤੁਹਾਨੂੰ। ਮੋਲਡਿੰਗ ਬੜੀ ਜ਼ਬਰਦਸਤ ਔਰ ਬੜੀ ਹੈਵੀ ਕੱਢੀ ਹੋਈ ਹੈ। ਉਹ ਦੇਖ ਰਹੀ ਆ, ਆਹ ਦੇਖ ਲਓ ਮੋਲਡਿੰਗ ਬਾਹਲੀ ਘੈਂਟ ਆ ਬਾਈ ਨੇ। ਸੋ ਵੀਡੀਓ ਕਿੱਦਾਂ ਦੀ ਲੱਗੀ? ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ, ਅਤੇ ਬਾਈ ਦਾ ਨੰਬਰ ਉੱਪਰ ਫਲੈਸ਼ ਹੋ ਰਿਹਾ, ਤੁਸੀਂ ਜਿਹਨਾਂ ਵੀਰਾਂ ਨੇ ਕੋਈ ਪੋਰਸ਼ਨ ਬਣਵਾਉਣਾ ਤਾਂ ਇਹ ਵੀਰ ਨਾਲ ਕਨੈਕਟ ਕਰ ਸਕਦੇ ਹੋ, ਹਰਬੰਸ ਸਿੰਘ ਮਿਸਤਰੀਆਂ ਜਲਾਲਾਬਾਦ ਤੋਂ। ਅਤੇ ਕਾਰਾਗਰੀ ਬਹੁਤ ਵਧੀਆ ਇਹਨਾਂ ਦੀ, ਪੌੜੀਆਂ ਪੂੜੀਆਂ ਪੂਰੀਆਂ ਘੈਂਟ ਬਣਾਈਆਂ ਬਾਈ ਨੇ, ਅਤੇ ਕੋਈ ਦਿੱਕਤ ਨਹੀਂ ਚੜ੍ਹਨ ਲੱਗਿਆ। ਆਹ ਦੇਖ ਲਓ ਕਿੰਨੀ ਨੋਰਮਲ ਪੌੜੀ ਜਾਂਦੀ, ਆਹ ਦੇਖ ਲਓ। ਸੋ ਪੂਰੇ ਏਰੀਏ ਦੇ ਵਿੱਚ ਸ਼ਹਿਰਾਂ ਜਿੰਨਾ ਕੁ ਪੋਰਸ਼ਨ ਹੁੰਦਾ ਉਨੀ 'ਚੋਂ ਪੌੜੀ ਵੀ ਨਾ ਬਣਾਈਏ। ਹਾਂਜੀ, ਪੂਰੇ ਏਰੀਏ ਵਿੱਚ ਕੋਠੀ ਨਹੀਂ ਬਣੀ ਇਹੋ ਜੀ। ਓਕੇ, ਹਾਂ ਇੱਧਰ ਆਪਣੇ ਲਗਭਗ ਪਿੰਡਾਂ ਵਿੱਚ ਨੇੜੇ ਦੇ ਇਹ ਮਕਾਨ ਪਹਿਲਾਂ ਤਿਆਰ ਹੋ ਰਿਹਾ ਜੀ। ਠੀਕ ਹੈ। ਸੋ ਆਹ ਸਾਡੇ ਜਾਲ ਬਣਨ ਵਾਲੇ ਮਿਸਤਰੀ ਨੇ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਅਤੇ ਹਾਂਜੀ, ਫਾਜ਼ਿਲਕਾ ਅਤੇ ਹਬੋਰ ਜਿਵੇਂ ਫਿਰੋਜ਼ਪੁਰ ਜ਼ਿਲ੍ਹਾ ਵੀ ਇਹ ਜਿਹੜੀ ਅਸੀਂ ਕੋਠੀ ਬਣਾ ਰਹੇ ਸਭ ਤੋਂ ਵੱਡੀ ਕੋਠੀ ਹੈ ਵੀ, ਇਹਦੇ ਨੇੜੇ ਤੇੜੇ ਅਸੀਂ ਕੋਠੀ ਕਿਤੇ ਵੀ ਨਹੀਂ ਬਣੀ। ਅਸੀਂ ਤਾਂ ਕਹਿੰਦੇ ਹਾਂ ਵੀ ਇਹਦੇ ਨਾਲ ਦਾ ਕੋਈ ਕਿਸੇ ਪੁਰਾਣੇ ਕੰਮ ਕਰਾਉਣਾ ਹੋਵੇ ਤਾਂ ਸਾਡੇ ਨੰਬਰ 'ਤੇ ਕੰਟੈਕਟ ਕਰੋ ਅਤੇ ਸਾਡੇ ਨਾਲ ਗੱਲਬਾਤ ਕਰੋ ਜੀ।